एवरीवन, सत श्री अकाल जी सारिआं नूं। मैं ज्योति मल्होत्रा गिल्स मंटियार दे ई लर्निंग यूट्यूब चैनल दे उत्ते तुहाडा सारिआं दा बहुत बहुत स्वागत करदी हां। जिवें कि तुसीं गाइज जाणदे ही हो, गिल्स मंटियार ई लर्निंग यूट्यूब चैनल पंजाब दा इकलौता इहो जिहा चैनल है जो कि तुहानूं हर एक नोटिफिकेशन सब तो पहला प्रोवाइड करदा है। हर एक नोटिफिकेशन की जिहड़ी जानकारी है वह थानू सब तो पहला गिल्स मंटियार दे ई लर्निंग यूट्यूब चैनल दे उत्ते दित्ती जांदी है। सो गाइस, गिल्स मंटियार ई लर्निंग यूट्यूब चैनल वालों हुण नवें कोर्सेज भी शुरू किए जा रहे हैं, जिहड़े कि पटवारी या पुलिस के लिए शुरू किए जा रहे हैं। तो जिहड़े ये कोर्सेज ने 1 जुलाई तो शुरू हो जा रहे हैं, तो इहदे विच पंजाब दे जिन्ने भी बेस्ट टीचर्स ने ਉਹ ਤੁਹਾਨੂੰ ਉਹਨਾਂ ਨੇ ਤੁਹਾਨੂੰ ਪੜ੍ਹਾਉਣਾ ਹੈ। ਸੋ ਤੁਸੀਂ ਵੀ ਦੇਰੀ ਨਾ ਕਰੋ, ਜਲਦੀ ਤੋਂ ਜਲਦੀ ਇਹਨਾਂ ਦੀ ਰਜਿਸਟ੍ਰੇਸ਼ਨ ਕਰਵਾਓ ਤਾਂ ਕਿ ਤੁਹਾਨੂੰ ਵੀ ਇਸਦਾ ਫਾਇਦਾ ਹੋ ਸਕੇ। ਜਿਵੇਂ ਕਿ ਗਾਇਸ ਤੁਹਾਨੂੰ ਪਤਾ ਹੀ ਹੈ ਕਿ ਹੁਣ ਲੋਕਡਾਊਨ ਚੱਲ ਰਿਹਾ, ਤਾਂ ਅਸੀਂ ਕਿਤੇ ਬਾਹਰ ਕੋਚਿੰਗ ਸੈਂਟਰਸ ਦੇ ਵਿੱਚ ਤਾਂ ਪੜ੍ਹਨ ਜਾ ਨਹੀਂ ਸਕਦੇ, ਠੀਕ ਹੈ, ਤਾਂ ਸਾਨੂੰ ਘਰ ਬੈਠ ਕੇ ਹੀ ਪੜ੍ਹਨਾ ਹੋਵੇਗਾ। ਅਗਰ ਤੁਸੀਂ ਹਲੇ ਵੀ ਇਹ ਸੋਚ ਰਹੇ ਹੋ ਕਿ ਹਾਂ ਕੋਈ ਵੈਕੈਂਸੀ ਆਊਗੀ ਫਿਰ ਅਸੀਂ ਪੜ੍ਹਨਾ ਸ਼ੁਰੂ ਕਰਾਂਗੇ, ਤਾਂ ਤੁਸੀਂ ਬਿਲਕੁਲ ਗਲਤ ਹੋ। ਤੁਸੀਂ ਕਦੇ ਵੀ ਇਹ ਨਹੀਂ ਸੋਚ ਕੇ ਚੱਲਣਾ ਕਿ ਜਦੋਂ ਵੈਕੈਂਸੀ ਆਊਗੀ ਉਦੋਂ ਅਸੀਂ ਪੜ੍ਹਾਂਗੇ। ਹਮੇਸ਼ਾ ਜਿਹੜੀ ਆਪਣੀ ਤਿਆਰੀ ਹੈ ਉਹ ਪਹਿਲਾਂ ਹੀ ਰੱਖੋ ਤਾਂ ਕਿ ਜਦੋਂ ਵੈਕੈਂਸੀ ਆਵੇ ਤੁਸੀਂ ਉਸ ਚੀਜ਼ ਨੂੰ ਰਿਵਾਈਜ਼ ਕਰ ਸਕੋ। ਤਾਂ ਪਹਿਲਾਂ ਹੀ ਪੜ੍ਹਦੇ ਰਹਿਣਾ ਚਾਹੀਦਾ, ਪਾਰ ਉਹਨੇ ਹੀ ਲੰਘਣਾ ਜਿਹੜਾ ਇਸ ਲੋਕਡਾਊਨ 'ਚ ਪੜ੍ਹੇਗਾ। ਸੋ ਪਲੀਜ਼ ਆਪਣੇ ਆਪ ਨੂੰ ਮੋਟੀਵੇਟ ਕਰੋ ਅਤੇ ਪੜ੍ਹਨਾ ਸ਼ੁਰੂ ਕਰੋ। ਔਰ ਇਸ ਤੋਂ ਇਲਾਵਾ ਕੋਰਸਿਸ ਤਾਂ ਦਿੱਤੇ ਜਾ ਹੀ ਰਹੇ ਨੇ ਤੁਹਾਨੂੰ ਇਸ ਦੇ ਉੱਤੇ, ਇਸ ਤੋਂ ਇਲਾਵਾ ਤੁਹਾਨੂੰ ਡੇਲੀ ਦੀਆਂ ਜਿਹੜੀਆਂ ਲਾਈਵ ਕਲਾਸਿਸ ਨੇ ਡਿਫਰੈਂਟ ਡਿਫਰੈਂਟ ਸਬਜੈਕਟਸ ਦੀਆਂ, ਉਹ ਤੁਹਾਨੂੰ ਯੂਟਿਊਬ ਦੇ ਉੱਤੇ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਤੁਸੀਂ ਉਹ ਜਿਹੜੀਆਂ ਵੀਡੀਓਜ਼ ਹੈ ਲਾਈਵ ਜਿਹੜੇ ਚੱਲ ਰਹੀਆਂ ਨੇ ਉਹਨਾਂ ਤੋਂ ਤੁਹਾਨੂੰ ਸ਼ਡਿਊਲ ਸਭ ਨੂੰ ਪਤਾ ਹੀ ਹੈ। ਤੁਸੀਂ ਉਹਨਾਂ ਨੂੰ ਜੁਆਇਨ ਕਰੋ, ਉਹਨਾਂ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਕੀ ਕਰੋ, ਸ਼ੇਅਰ ਕਰੋ। ਤਾਂ ਉਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੂੰਗੀ ਕਿ ਤੁਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਗਿਲਸ ਮੰਟਿਯਾਰ ਦੇ ਈ ਲਰਨਿੰਗ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ। ਅਗਰ ਤੁਹਾਨੂੰ ਲਿੰਕ ਨਹੀਂ ਪਤਾ ਤਾਂ ਇਹ ਲਿੰਕ ਦਿੱਤਾ ਹੋਇਆ, ਇਸ ਲਿੰਕ 'ਤੇ ਜਾਣਾ, ਇਸ ਲਿੰਕ ਨੂੰ ਸਬਸਕ੍ਰਾਈਬ ਕਰਨਾ। ਇਸ ਤੋਂ ਇਲਾਵਾ ਇਸ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ। ਅਤੇ ਗੱਲ ਜਿਵੇਂ ਕਿ ਤੁਹਾਨੂੰ ਪਤਾ ਹੈ, ਮੈਂ ਜੋਤੀ ਮਲਹੋਤਰਾ, ਮੈਂ ਤੁਹਾਡੀ ਸਾਇੰਸ ਫੈਕਲਟੀ ਹਾਂ। ਮੈਂ ਤੁਹਾਨੂੰ 1000 MCQs ਸਾਇੰਸ ਦੇ MCQs ਦੀ ਤੁਹਾਨੂੰ ਸੀਰੀਜ਼ ਪ੍ਰੋਵਾਈਡ ਕਰਨੀ। ਦੇਖੋ ਜਿਹੜੇ 1000 MCQs ਨੇ ਇਹਦੇ ਵਿੱਚੋਂ ਕੁਛ MCQs ਇਹੋ ਜਿਹੇ ਨੇ, ਕੁਛ ਕਿ ਬਹੁਤ ਸਾਰੇ MCQs ਇਹੋ ਜਿਹੇ ਨੇ ਜਿਹੜੇ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਪੁੱਛੇ ਜਾ ਚੁੱਕੇ ਨੇ, ਅਤੇ ਕੁਛ ਐਗਜ਼ਾਮਸ ਇਹੋ ਜਿਹੇ ਨੇ, ਕੁਛ ਕੁਸ਼ਚਨਸ ਇਹੋ ਜਿਹੇ ਨੇ ਜਿਹੜੇ ਕਿ ਮੈਂ ਖੁਦ ਤੋਂ ਬਣਾਏ ਨੇ, ਜਿਹੜੇ ਕਿ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਪੇਪਰਾਂ ਦੇ ਵਿੱਚ ਪੁੱਛੇ ਜਾਣ ਦੀ ਉਹਨਾਂ ਦੀ ਸੰਭਾਵਨਾ ਹੈ। ਤਾਂ ਤੁਸੀਂ ਇਹ ਸਾਰੇ ਕੁਸ਼ਚਨਸ ਜਿਹੜੇ ਹੈਗੇ ਆ ਬਹੁਤ ਅੱਛੇ ਤਰੀਕੇ ਨਾਲ ਕਰਨੇ ਹੋ। ਦੇਖੋ ਗਾਇਸ, ਜਿਹੜੇ ਕੁਸ਼ਚਨ ਨੇ MCQs ਨੇ, ਤੁਸੀਂ ਕੋਈ ਵੀ ਬੁੱਕ ਚੱਕ ਲਓ, SSC ਦੀ ਚੱਕ ਲਓ ਜਾਂ ਕੋਈ ਵੀ ਬੁੱਕ ਚੱਕ ਲਓ, ਤੁਸੀਂ ਹਰ ਇੱਕ ਬੁੱਕ ਤੋਂ ਇਹ ਕਰ ਲੂੰਗੇ, ਠੀਕ ਹੈ। ਬਟ ਮੈਂ ਤੁਹਾਨੂੰ ਕੀ ਕਹਿਣਾ ਚਾਹ ਰਹੀ ਹਾਂ, ਮੈਂ ਤੁਹਾਨੂੰ ਇਹ ਕਹਿਣਾ ਚਾਹ ਰਹੀ ਹਾਂ ਕਿ ਜਿਹੜੇ ਇਹ ਕੁਸ਼ਚਨਸ ਤੁਹਾਨੂੰ ਇੱਥੇ ਪ੍ਰੋਵਾਈਡ ਕੀਤੇ ਜਾ ਰਹੇ ਨੇ, ਇਹ ਵਿਦ ਐਕਸਪਲੇਨੇਸ਼ਨ ਮਿਲ ਰਹੇ ਨੇ ਤੁਹਾਨੂੰ। ਬੁੱਕ ਦੇ ਵਿੱਚ ਤੁਸੀਂ ਪੜ੍ਹ ਲੂੰਗੇ, ਰੱਟੇ ਲਾ ਲੂੰਗੇ, ਉਹ ਤੁਹਾਨੂੰ ਕੁਛ ਦਿਨ ਹੀ ਯਾਦ ਰਹਿਣਗੇ, ਉਸ ਤੋਂ ਬਾਅਦ ਤੁਸੀਂ ਭੁੱਲ ਜਾਣਾ। ਤਾਂ ਹਰ ਇੱਕ ਚੀਜ਼ ਜਦੋਂ ਤੱਕ ਸਮਝ ਕੇ ਨਾ ਪੜ੍ਹੀ ਜਾਵੇ ਉਦੋਂ ਤੱਕ ਉਹ ਯਾਦ ਨਹੀਂ ਹੁੰਦੀ। ਬਟ ਤੁਸੀਂ ਹੁਣ ਅਗਰ ਇੱਥੇ ਕਰੋਂਗੇ ਕੁਸ਼ਚਨ, ਇੱਥੇ ਕੀ ਹੈ, ਆਪਾਂ 1000 ਕੁਸ਼ਚਨਸ ਕਰਨੇ ਨੇ ਜਿਹਦੇ ਵਿੱਚ ਹਰ ਰੋਜ਼ ਤੁਹਾਨੂੰ 25 ਕੁਸ਼ਚਨਸ ਜਿਹੜੇ ਹੈਗੇ ਆ ਕਰਵਾਏ ਜਾਣੇ ਆ, ਅਤੇ ਉਹ 25 ਕੁਸ਼ਚਨਸ ਤੁਹਾਨੂੰ ਫੁੱਲ ਫਲੈਜ ਐਕਸਪਲੇਨੇਸ਼ਨ ਦੇ ਨਾਲ ਦੱਸੇ ਜਾਣੇ ਨੇ, ਅਤੇ ਜਿਹਦੇ ਨਾਲ ਕੀ ਹੋਊਗਾ, ਉਹ ਕੁਸ਼ਚਨ ਜਿਹੜੇ ਹੈਗੇ ਨੇ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋ ਜਾਣੇ ਨੇ। ਤਾਂ ਪਲੀਜ਼ ਤੁਸੀਂ ਜਿਹੜੇ ਕੁਸ਼ਚਨਸ ਹੈ ਇਹਨਾਂ ਨੂੰ ਧਿਆਨ ਨਾਲ ਸਮਝੋ, ਧਿਆਨ ਨਾਲ ਕਰੋ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਕਿਉਂਕਿ ਜਿਹੜੇ ਕੁਸ਼ਚਨਸ ਹੈ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣਗੇ। ਸੋ ਗਾਇਸ, ਚਲੋ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਫਸਟ ਕੁਸ਼ਚਨ। ਸੋ ਸਾਡਾ ਅੱਜ ਦਾ ਫਸਟ ਕੁਸ਼ਚਨ ਕੀ ਹੈ, ਦ ਫੋਰਸ ਬਿਟਵੀਨ ਚਾਰਜ ਪਾਰਟੀਕਲਸ ਇਜ਼ ਕਾਲਡ ਐਜ਼। ਚਾਰਜ ਪਾਰਟੀਕਲ ਦੇ ਅੰਦਰ ਜਿਹੜੀ ਫੋਰਸ ਹੁੰਦੀ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ। ਮੂਵ ਕਰਦੇ ਹਾਂ ਅਸੀਂ ਆਪਣੀ ਪਹਿਲੀ ਆਪਸ਼ਨ ਵੱਲ। ਫਸਟ ਆਪਸ਼ਨ ਸਾਡੀ ਕੀ ਕਹਿੰਦੀ ਹੈ, ਫਸਟ ਆਪਸ਼ਨ ਹੈਗੀ ਹੈ ਗ੍ਰੈਵੀਟੇਸ਼ਨਲ ਫੋਰਸ। ਦੇਖੋ ਯੂਨੀਵਰਸ ਹੈ ਆਪਣਾ, ਹੈ ਨਾ, ਗ੍ਰੈਵੀਟੇਸ਼ਨਲ ਫੋਰਸ ਕੀ ਹੁੰਦੀ ਆ, ਆਪਣੇ ਯੂਨੀਵਰਸ ਦੇ ਵਿੱਚ ਬਹੁਤ ਸਾਰੇ ਓਬਜੈਕਟਸ ਨੇ, ਸਟਾਰਸ ਨੇ, ਠੀਕ ਹੈ, ਪਲੈਨਟਸ ਨੇ, ਆਪਣਾ ਮੂਨ ਹੈ, ਇਹ
जिन्ने भी ऑब्जेक्ट ने यूनिवर्स के अंदर जिन्ने भी ऑब्जेक्ट ने सारे ऑब्जेक्ट अपने आप को एक दूजे तो एक दूजे को की करते हैं अट्रैक्ट करते हैं सारे ऑब्जेक्ट की करते हैं एक दूजे को अट्रैक्ट करते हैं तो जिन्ने भी ऑब्जेक्ट यूनिवर्स के विच ने वो किदा करते हैं अट्रैक्ट एक दूजे को सारे एक दूजे को किवें अट्रैक्ट कर पाते हैं उन्होंने कोई तो फोर्स होगी तो उन्होंने केड़ी फोर्स होंगी है उन्होंने पाई जाती है ग्रैविटेशनल फोर्स सो ग्रैविटेशनल फोर्स जी होंगी है ये यूनीवर्स के ऑब्जेक्ट को एक दूजे को अट्रैक्ट करने के हेल्प करती है तो इस क्वेश्चन का यह आंसर तो बिल्कुल भी नहीं है। नैक्सट इज सेंट्रीफ्यूगल फोर्स। सेंट्रीफ्यूगल फोर्स वो होंगी है जी अवे फ्रॉम द सेंटर लगती है अवे फ्रॉम द सेंटर लगती है उन्होंने असं बोलते हैं सेंट्रीफ्यूगल फोर्स। सो ये भी इस क्वेश्चन का करैक्ट आंसर नहीं है। नैक्सट ऑप्शन तो सेम ही है इन्हों तो कैंसल कर दो। फोर्थ ऑप्शन इज इलैक्ट्रोस्टैटिक फोर्स। इलैक्ट्रोस्टैटिक फोर्स किनू कहने आप यही इस क्वेश्चन का आंसर है जी चार्ज पार्टिकल लगती है चार्ज पार्टिकल जी फोर्स होंगी है उन्होंने असं की बोलते हैं उन्होंने असं बोलते हैं इलैक्ट्रोस्टैटिक फोर्स। चलो मूव करते हैं आप अपने नैक्सट क्वेश्चन वाल। साडा नैक्सट क्वेश्चन है द मोस्ट सूटेबल यूनिट फॉर एक्सप्रैसिंग न्यूकलीयर रेडियस। न्यूकलीयर रेडियस में मैजर करने लिए सब तो सूटेबल यूनिट कौन सी होती है। देखो जो एटम होंगे एटम जो होंगे ना जो साइज होंगे वो बहुत छोटा होंगे इन्ना छोटा होंगे कि तुम उन्हें नेकडाई नहीं देख सकते वो थोड़ू माइक्रोस्कोप की लड़ हों तो जो रेडियस है अगर तुम उन्होंने मैजर करना है तो तुम जो सिंपल यूनिट्स है मीटर सेंटीमीटर तुम उन्होंने यूज़ नहीं कर सकते तो वो सानू बहुत ही छोटे यूनिट की लड़ हों तो अगर आप अपनी ऑप्शन वाल देखिए फस्ट हैगी है माइक्रो माइक्रो का मतलब होंगे 10^-6 नैनो का मतलब होंगे 10^-9 आर्मस्ट्रॉन्ग तो हो ही नहीं सकता इस क्वेश्चन का आंसर क्योंकि जी अपने को रेडियस है वो आप हमेशा मीटर के अकॉर्डिंग करते हैं। ठीक है तो किड़े मीटर की गल करनी आप ने तो आप गल करनी है फर्मी की। फर्मी की वैल्यू होंगी 10^-15 जो कि सब तो छोटी है एक फर्मी के 10^-15 मीटर होंगे ने तो जी न्यूकलीयर रेडियस होंगे उन्होंने मैजर करने के लिए सब तो छोटी यूनिट कौन होंगी है फर्मी। फर्मी जी है सब तो छोटी यूनिट होंगी है न्यूकलीयर रेडियस को मैजर करने लिए। नैक्सट क्वेश्चन इज इट इज़ वेरी डिफिकल्ट टू वॉक ऑन आइस दैन ऑन कंक्रीट रोड बिकॉज। देखो वॉकिंग की गल हो रही है चलना वॉक करने के सानू केड़ी फोर्स हैल्प करती है वॉक करने के सानू हैल्प करती है फ्रिक्शनल फोर्स। ठीक है तो जे फ्रिक्शन फोर्स ज़्यादा होंगी है तो असं ईजली वॉक कर पाने तो जे फ्रिक्शन फोर्स घट होंगी तो असं ईजली वॉक नहीं कर पाते। तो चलो आप अपनी ऑप्शन देखते हैं फस्ट ऑप्शन की है आइस इज सॉफ्ट एज कंपेयर टू कंक्रीट यह तो बनता ही नहीं। ठीक है तो कोई तुक ही नहीं बनती। नैक्सट इज देयर इज़ मोर फ्रिक्शन बिटवीन आइस एंड फीट कहिंदा कि आइस ते फीट दे विच जिहड़ी हैगी है फ्रिक्शन होंदी है बहुत ज़्यादा होंदी है। देखो जे ज़्यादा फ्रिक्शन होगी फिर तो असं चल ही पाऊंगे बट उन्होंने की कहा है भी सानू डिफिकल्टी होंदी है तुरंत तो क्यों होगी। थर्ड ऑप्शन करैक्ट है क्योंकि जिहड़ी फ्रिक्शन होंदी है आइस ते फीट दे विच वो घट होंदी है जे फ्रिक्शन घट होगी तो उहदे नाल सानू चलन दे विच की होगी प्रॉब्लम होगी असं प्रॉपरली नहीं चल पावांगे। सो चलो वधदे हां नैक्सट क्वेश्चन वाल। वैन अ परफ्यूम ऑफ बोटल इज ओपनड इन वन कॉर्नर ऑफ रूम असी कॉर अगर रूम के एक कॉर्नर दे विच अगर असी एक परफ्यूम की बॉटल खोली है तो जिहड़ी उहदी फ्रैगनेंस है ना वो पूरे कमरे च फैल जाती है। ऐदा क्यों होंदा क्योंकि देखो जिहड़ा परफ्यूम होंदा वो एक गैस है तो जिहड़े गैस के पार्टिकल्स है ना वो की करदे ने एक दूजे तो बहुत बहुत दूर दूर होंदे ने तो उस तो इलावा जो गैस के पार्टिकल्स होंगे ने वो मूव करते रहते हैं वो फ्रीली मूव करते रहते हैं क्योंकि उन्होंने कैनेटिक एनर्जी जी होंगी बहुत ज़्यादा होंगी है तो जो फ्रीली जो आप खोलते हैं परफ्यूम की बॉटल तो जो गैस के पार्टिकल्स बिल्कुल फ्री हो जाते हैं मूव करना शुरू कर देंगे ने तो पूरे रूम के हो जाती है जी फ्रैगनेंस है वह स्प्रैड हो जाती है तो इस प्रोसैस में असं की बोलते हैं डिफ्यूजन की बोलते हैं डिफ्यूजन। सो इट इज़ द एग्जाम्पल ऑफ डिफ्यूजन। और देखो एक गल होर याद रखनी है जो टैंपरेचर वधदा टैंपरेचर के वधन नाल डिफ्यूजन भी वधदी है टैंपरेचर के वधन नाल की वधदा डिफ्यूजन भी वधदी है
ਜਿਵੇਂ ਕਿ ਸਾਡੇ ਘਰ ਦੇ ਵਿੱਚ ਤੁਸੀਂ ਕੋਈ ਸਬਜ਼ੀ ਬਣਾਈ ਹੋਈ ਹੈ, ਅਗਰ ਉਹ ਸਬਜ਼ੀ ਠੰਡੀ ਆ ਤਾਂ ਅਗਰ ਤੁਸੀਂ ਉਹਦੀ ਖੁਸ਼ਬੂ ਲੈਣੀ ਹੈ ਤਾਂ ਤੁਸੀਂ ਬਿਲਕੁਲ ਉਹਦੇ ਕੋਲ ਜਾਓਗੇ, ਤੁਹਾਨੂੰ ਕੋਲ ਜਾ ਕੇ ਉਹਦੀ ਖੁਸ਼ਬੂ ਦਾ ਪਤਾ ਲੱਗੂਗਾ ਅਤੇ ਪਤਾ ਲੱਗੂਗਾ ਵੀ ਕਾਹਦੀ ਸਬਜ਼ੀ ਆ। ਬਟ ਅਗਰ ਉਹੀ ਸਬਜ਼ੀ ਗਰਮ ਗਰਮ ਬਣ ਰਹੀ ਹੋਵੇ ਤਾਂ ਅਗਰ ਤੁਸੀਂ ਦੂਰ ਵੀ ਬੈਠੇ ਹੋ ਨਾ ਤਾਂ ਵੀ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਹਾਡੇ ਘਰ 'ਚ ਕਾਹਦੀ ਸਬਜ਼ੀ ਬਣੀ ਹੈ। ਕਿਉਂ? ਕਿਉਂਕਿ ਟੈਂਪਰੇਚਰ ਜ਼ਿਆਦਾ, ਟੈਂਪਰੇਚਰ ਦੇ ਵਧਣ ਨਾਲ ਕੀ ਹੁੰਦਾ, ਡਿਫਿਊਜ਼ਨ ਵੀ ਕੀ ਹੁੰਦੀ ਆ, ਵੱਧ ਜਾਂਦੀ ਆ। ਅਤੇ ਡਿਫਿਊਜ਼ਨ ਦੇ ਵਧਣ ਨਾਲ ਜਿਹੜੀ ਉਹ ਖੁਸ਼ਬੂ ਹੈ ਉਹ ਤੁਸੀਂ ਭਾਵੇਂ ਸੈਵਰਲ ਮੀਟਰਸ ਦੂਰ ਬੈਠੇ ਹੋਵੋ, ਤੁਹਾਨੂੰ ਜਿਹੜੀ ਉਹ ਖੁਸ਼ਬੂ ਹੈ ਉਹ ਤੁਹਾਡੇ ਤੱਕ ਪਹੁੰਚ ਜਾਊਗੀ। ਨੈਕਸਟ ਕੁਸ਼ਚਨ ਇਜ਼, ਵਨ ਜਾਊਲ ਇਜ਼ ਇਕੁਅਲ ਟੂ, ਜਾਊਲ ਕੀ ਹੁੰਦਾ, ਜਾਊਲ ਕੀ ਹੁੰਦਾ, ਜਾਊਲ ਇਜ਼ ਦ ਯੂਨਿਟ ਆਫ ਵਰਕ। ਵਰਕ ਦੀ ਜਿਹੜੀ ਯੂਨਿਟ ਹੁੰਦੀ ਆ ਉਹਨੂੰ ਅਸੀਂ ਕੀ ਬੋਲਦੇ ਹਾਂ, ਉਹਨੂੰ ਅਸੀਂ ਜਾਊਲ ਬੋਲਦੇ ਹਾਂ। ਅਤੇ ਕਿਹਦੇ ਇਕੁਅਲ ਹੁੰਦਾ, ਵਨ ਜਾਊਲ ਕਿਹਦੇ ਇਕੁਅਲ ਹੁੰਦਾ? ਸਭ ਤੋਂ ਪਹਿਲਾਂ ਤਾਂ ਇਹਦੇ ਪਿੱਛੇ ਅਰਗ ਪਾ ਲਿਓ, ERG ਸਾਰਿਆਂ ਦੇ ਪਿੱਛੇ। ਤਾਂ ਜਿਹੜਾ ਵਨ ਜਾਊਲ ਹੁੰਦਾ ਉਹ ਕਿਹਦੇ ਬਰਾਬਰ ਹੁੰਦਾ, 10^7 ਅਰਗ, 10^7 ਅਰਗ। ਨੈਕਸਟ ਕੁਸ਼ਚਨ ਇਜ਼, ਨੋ ਕਰੰਟ ਵਿਲ ਫਲੋ ਬਿਟਵੀਨ ਟੂ ਚਾਰਜ ਬੋਡੀਜ਼ ਇਫ ਦੇ ਹੈਵ ਸੇਮ ਡੈਸ਼। ਦੇਖੋ ਜਿਹੜਾ ਕਰੰਟ ਹੈ, ਕਰੰਟ ਕਿਵੇਂ ਫਲੋ ਕਰਦਾ? ਕਰੰਟ ਉਦੋਂ ਹੀ ਫਲੋ ਕਰਦਾ ਜਦੋਂ ਕੀ ਹੁੰਦਾ, ਇਲੈਕਟ੍ਰੋਨਸ ਮੂਵ ਕਰਦੇ ਨੇ। ਜਦੋਂ ਇਲੈਕਟ੍ਰੋਨਸ ਮੂਵ ਕਰਦੇ ਨੇ, ਇਲੈਕਟ੍ਰੋਨਸ ਦੇ ਮੂਵ ਕਰਨ ਦੇ ਨਾਲ ਹੀ ਕੀ ਫਲੋ ਕਰਦਾ, ਕਰੰਟ ਫਲੋ ਕਰਦਾ। ਇਲੈਕਟ੍ਰੋਨਸ ਜਿਹੜੇ ਹੈਗੇ, ਅਗਰ ਆਪਾਂ ਇਲੈਕਟ੍ਰੋਨਸ ਨੂੰ ਮੂਵ ਕਰਾਉਣਾ ਤਾਂ ਇਲੈਕਟ੍ਰੋਨਸ ਨੂੰ ਮੂਵ ਕਰਾਉਣ ਲਈ ਸਾਨੂੰ ਕੀ ਲਗਾਉਣੀ ਪੈਣੀ ਹੈ, ਫੋਰਸ। ਠੀਕ ਹੈ, ਕੀ ਲਗਾਉਣੀ ਪੈਣੀ ਹੈ, ਫੋਰਸ ਲਗਾਉਣੀ ਪੈਣੀ ਹੈ। ਅਤੇ ਫੋਰਸ ਕੌਣ ਲਗਾਉਂਦਾ? ਇਹ ਫੋਰਸ ਲਗਾਉਂਦੀ ਹੈ ਸਾਡੀ ਬੈਟਰੀ। ਜਦੋਂ ਅਸੀਂ ਇੱਕ ਸਰਕਟ ਦੇ ਵਿੱਚ ਬੈਟਰੀ ਅਟੈਚ ਕਰਦੇ ਹਾਂ ਤਾਂ ਉਹ ਕੀ ਕਰਦੀ ਹੈ, ਇਲੈਕਟ੍ਰੋਨਸ ਨੂੰ ਮੂਵ ਕਰਵਾਉਣ ਦਾ ਕੰਮ ਕਰਦੀ ਹੈ। ਸੋ ਇਹਦਾ ਆਪਣਾ ਕੁਸ਼ਚਨ ਕੀ ਹੈ, ਨੋ ਕਰੰਟ ਵਿਲ ਫਲੋ ਬਿਟਵੀਨ ਟੂ ਚਾਰਜ ਇਫ ਦੇ ਹੈਵ ਸੇਮ ਡੈਸ਼, ਇਫ ਦੇ ਹੈਵ ਸੇਮ ਪੋਟੈਂਸ਼ੀਅਲ। ਦੇਖੋ ਜਿਹੜੀ ਤੁਹਾਡੀ ਬੈਟਰੀ ਹੁੰਦੀ ਹੈ ਨਾ, ਇਹ ਪੋਟੈਂਸ਼ੀਅਲ ਡਿਫਰੈਂਸ ਪ੍ਰੋਵਾਈਡ ਕਰਦੀ ਹੈ। ਜਦ ਤੱਕ ਪੋਟੈਂਸ਼ੀਅਲ ਜਿਹੜਾ ਹੈਗਾ ਉਹ ਡਿਫਰੈਂਟ ਨਹੀਂ ਹੋਊਗਾ, ਉਦ ਤੱਕ ਜਿਹੜਾ ਚਾਰਜ ਹੈ ਉਹ ਮੂਵ ਨਹੀਂ ਕਰਨਗੇ, ਜਿਹੜੇ ਇਲੈਕਟ੍ਰੋਨ ਹੈ ਉਹ ਮੂਵ ਨਹੀਂ ਕਰਨਗੇ। ਕਿਉਂਕਿ ਜਿਹੜਾ ਕਰੰਟ ਹੈ ਨਾ ਉਹ ਹਮੇਸ਼ਾ ਹਾਈ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ ਵੱਲ ਮੂਵ ਕਰਦਾ, ਹਾਈ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ ਵੱਲ ਮੂਵ ਕਰਦਾ। ਬਟ ਅਗਰ ਪੋਟੈਂਸ਼ੀਅਲ ਦੇ ਵਿੱਚ ਕੋਈ ਡਿਫਰੈਂਸ ਹੀ ਨਹੀਂ ਹੋਊਗਾ, ਅਗਰ ਸਪੋਜ਼ ਕਰ ਲਓ ਦੋ ਪੋਟੈਂਸ਼ੀਅਲ ਮੈਂ 4-4 ਵੋਲਟ ਦੇ ਲੈ ਲਵਾਂ, ਦੋਨੋਂ ਪੋਟੈਂਸ਼ੀਅਲ ਦੇ ਵਿੱਚ ਕੋਈ ਡਿਫਰੈਂਸ ਹੀ ਨਹੀਂ ਹੈਗਾ, ਤਾਂ ਜਿਹੜਾ ਕਰੰਟ ਹੈ ਉਹ ਪ੍ਰੋਡਿਊਸ ਨਹੀਂ ਹੋਊਗਾ। ਕਰੰਟ ਕੀ ਹੈ, ਉਦੋਂ ਹੀ ਪ੍ਰੋਡਿਊਸ ਹੋਊਗਾ ਜਦੋਂ ਦੋਨੋਂ ਜਿਹੜੇ ਪੋਟੈਂਸ਼ੀਅਲ ਆ ਉਹ ਅੱਡ ਅੱਡ ਹੈ ਜਾਂ ਫਿਰ ਉਹਨਾਂ ਦੇ ਵਿੱਚ ਕੋਈ ਡਿਫਰੈਂਸ ਹੈ। ਜਦ ਤੱਕ ਪੋਟੈਂਸ਼ੀਅਲ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੋਊਗਾ ਉਦੋਂ ਤੱਕ ਕੀ ਹੋਊਗਾ, ਜਿਹੜਾ ਕਰੰਟ ਹੈ ਫਲੋ ਨਹੀਂ ਹੋਊਗਾ। ਤਾਂ ਇਹਦਾ ਆਂਸਰ ਕੀ ਹੈ, ਪੋਟੈਂਸ਼ੀਅਲ। ਮਤਲਬ ਅਗਰ ਸੇਮ ਪੋਟੈਂਸ਼ੀਅਲ ਹੈ ਤਾਂ ਕਰੰਟ ਫਲੋ ਨਹੀਂ ਕਰੇਗਾ। ਨੈਕਸਟ ਕੁਸ਼ਚਨ ਇਜ਼, ਐਨ ਓਬਜੈਕਟ ਹੈਵਿੰਗ ਕੈਪੇਬਿਲਿਟੀ ਟੂ ਵਰਕ ਇਜ਼ ਸੈਡ ਟੂ ਪੋਜੈਸ ਡੈਸ਼। ਦੇਖੋ ਆਪਾਂ ਵੀ ਇੱਕ ਤਰ੍ਹਾਂ ਦੇ ਓਬਜੈਕਟ ਹੀ ਹਾਂ, ਠੀਕ ਹੈ। ਹੁਣ ਆਪਾਂ ਹੈ, ਆਪਾਂ ਕੋਈ ਵੀ ਕੰਮ ਤਦ ਹੀ ਕਰ ਪਾਉਂਦੇ ਹਾਂ ਜਦ ਸਾਡੇ ਅੰਦਰ ਕੀ ਹੁੰਦੀ ਆ, ਐਨਰਜੀ ਹੁੰਦੀ ਆ। ਅਸੀਂ ਰੋਜ਼ ਖਾਣਾ ਖਾਂਦੇ ਹਾਂ, ਕਿਉਂ ਖਾਂਦੇ ਹਾਂ? ਕਿਉਂਕਿ ਉਹ ਖਾਣੇ ਤੋਂ ਕੀ ਬਣਦੀ ਆ, ਐਨਰਜੀ ਬਣਦੀ ਆ। ਅਤੇ ਜਦੋਂ ਸਾਨੂੰ ਐਨਰਜੀ ਮਿਲਦੀ ਆ ਤਾਂ ਹੀ ਅਸੀਂ ਕੀ ਕਰਦੇ ਹਾਂ, ਕੋਈ ਕੰਮ ਕਰ ਪਾਉਂਦੇ ਹਾਂ। ਜੇ ਅਸੀਂ ਰੋਟੀ ਨਾ ਖਾਈਏ ਸਾਰਾ ਦਿਨ ਡਿੱਗੇ ਰਹੋਗੇ, ਸਾਡੇ ਤੋਂ ਕੋਈ ਕੰਮ ਨਹੀਂ ਹੋਊਗਾ, ਸਾਡੇ ਸਰੀਰ ਨੂੰ ਕੀ ਨਹੀਂ ਮਿਲੂਗੀ, ਸਾਡੇ ਸਰੀਰ ਨੂੰ ਐਨਰਜੀ ਨਹੀਂ ਮਿਲੂਗੀ। ਸੋ ਕੋਈ ਵੀ ਓਬਜੈਕਟ ਜਿਹਦੇ ਅੰਦਰ ਕੰਮ ਕਰਨ ਦੀ ਸ਼ਮਤਾ ਹੈ ਉਹ ਕਿਉਂ ਹੁੰਦੀ ਆ? ਕਿਉਂਕਿ ਉਹਦੇ ਅੰਦਰ ਕੀ ਹੁੰਦੀ ਆ, ਕਿਉਂਕਿ ਉਹਦੇ ਅੰਦਰ ਹੁੰਦੀ ਆ ਐਨਰਜੀ। ਨੈਕਸਟ ਕੁਸ਼ਚਨ ਇਜ਼, ਵਿਚ ਲਾਅ ਇਜ਼ ਕਾਲਡ ਦੀ ਲਾਅ ਆਫ ਇਨਰਸ਼ੀਆ? ਲਾਅ ਆਫ ਇਨਰਸ਼ੀਆ ਕਿਸ ਨੂੰ ਕਿਹਾ ਜਾਂਦਾ? ਦੇਖੋ ਲਾਅ ਆਫ ਇਨਰਸ਼ੀਆ ਕੀ ਹੁੰਦਾ, ਲਾਅ ਆਫ ਇਨਰਸ਼ੀਆ ਕੀ ਕਹਿੰਦਾ ਕਿ ਅਗਰ ਕੋਈ ਬੋਡੀ ਮੋਸ਼ਨ ਦੇ ਵਿੱਚ ਆ ਤਾਂ ਉਹ ਮੋਸ਼ਨ 'ਚ ਹੀ ਰਹੂਗੀ, ਅਗਰ ਕੋਈ ਬੋਡੀ ਰੈਸਟ 'ਤੇ ਆ ਤਾਂ ਉਹ ਰੈਸਟ 'ਤੇ ਹੀ ਰਹੂਗੀ। ਅਗਰ ਕੋਈ ਬੋਡੀ ਮੋਸ਼ਨ 'ਤੇ ਰਹੂਗੀ, ਮੋਸ਼ਨ ਦੇ ਵਿੱਚ ਆ ਤਾਂ ਮੋਸ਼ਨ 'ਚ ਹੀ ਰਹੂਗੀ, ਅਗਰ ਕੋਈ ਬੋਡੀ ਰੈਸਟ 'ਤੇ ਆ ਉਹ ਰੈਸਟ 'ਤੇ ਹੀ ਰਹੂਗੀ, ਅਗਰ ਕੋਈ ਬੋਡੀ ਸਿੱਧੀ ਜਾ ਰਹੀ ਹੈ ਤਾਂ ਆਪਣੀ ਡਾਇਰੈਕਸ਼ਨ ਚੇਂਜ ਨਹੀਂ ਕਰ ਪਾਊਗੀ। ਕਦੋਂ ਤੱਕ? ਜਦੋਂ ਤੱਕ ਆਪਾਂ ਉਸਦੇ ਉੱਤੇ ਕੋਈ ਵੀ ਐਕਸਟਰਨਲ ਫੋਰਸ ਨਹੀਂ ਲਗਾਉਂਦੇ, ਠੀਕ ਹੈ। ਤਾਂ ਕੋਈ ਵੀ ਬੋਡੀ ਅਗਰ ਰੈਸਟ 'ਤੇ ਆ ਰੈਸਟ 'ਤੇ ਰਹੂਗੀ, ਮੋਸ਼ਨ 'ਚ ਹੈ ਮੋਸ਼ਨ ਦੇ ਵਿੱਚ ਰਹੂਗੀ। ਕਦੋਂ ਤੱਕ? ਜਦੋਂ ਤੱਕ ਅਸੀਂ ਕੀ ਨਹੀਂ ਕਰ ਪਾਉਂਦੇ, ਅਸੀਂ ਉਸ 'ਤੇ ਕੋਈ ਵੀ ਐਕਸਟਰਨਲ ਫੋਰਸ ਅਪਲਾਈ ਨਹੀਂ ਕਰਦੇ। ਇਹਨੂੰ ਬੋਲਦੇ ਹਾਂ ਲਾਅ ਆਫ ਇਨਰਸ਼ੀਆ। ਕੀ ਬੋਲਦੇ ਇਹਨੂੰ? ਲਾਅ ਆਫ ਇਨਰਸ਼ੀਆ। ਔਰ ਲਾਅ ਆਫ ਇਨਰਸ਼ੀਆ ਦਾ ਹੀ ਦੂਜਾ ਨਾਮ ਹੈ ਨਿਊਟਨਸ ਫਸਟ ਲਾਅ। ਕੀ ਬੋਲਦੇ ਇਹਨੂੰ? ਨਿਊਟਨਸ ਫਸਟ ਲਾਅ।
ठीक है, न्यूटन्स फर्स्ट लॉ की कहता है कि अगर कोई बॉडी रेस्ट ते या रेस्ट ते रहूगी, मोशन ते या मोशन च रहूगी, जब तक असी उस ते कोई भी एक्सटर्नल फोर्स अप्लाई नहीं करते। नेक्स्ट क्वेश्चन इज प्रोडक्ट ऑफ मास एंड वेलोसिटी इज कॉल्ड मास इनटू वेलोसिटी। इहदा मतलब की हुंदा है? तां इहदा मतलब हुंदा है मोमेंटम। इहनू असी पी दे साइन नाल डिनोट करते हैं। देखो मोमेंटम होंदा की है, अगर मैं इहदी तुहानू रियल लाइफ दी एग्जाम्पल दवां तां जिवें फैन है ना, फैन तुसीं ऑफ करता, ऑफ करन तों कुछ देर बाद भी वह चलता रहिंदा है, क्यों? क्योंकि उहदे च मोमेंटम है, तां करके उहनू रुकन नू की लगदा है, टाइम लगदा है। और एक गल याद रखनी है कि देखो जिहड़ा मोमेंटम है वह डायरैक्टली प्रपोर्शनल है मास एंड वेलोसिटी दे, मतलब अगर मास वधूगा तां मोमेंटम वेलोसिटी वधूगी, तां मोमेंटम भी की होगा वधूगा। मास ते वेलोसिटी नू वधाउण नाल मोमेंटम की होगा वधूगा। जिवें कि तुसीं ट्रेन दी एग्जाम्पल ले लो, ट्रेन हुंदी है जिहड़ी बहुत ही ज़्यादा हैवी हुंदी है, उहदा बहुत ही ज़्यादा मास हुंदा ते उसदी वेलोसिटी भी ज़्यादा हुंदी है, जिहदे नाल की हुंदा है कि ब्रेक्स लगन तों बाद भी उहनू रुकन नू की लगदा है, टाइम लगदा है। क्यों लगता है? क्योंकि उसका जिहड़ा उसका जिहड़ा मास हुंदा है ते उसकी जिहड़ी वेलोसिटी हुंदी है बहुत ज़्यादा हुंदी है, ते जिहदे करके उहदा मोमेंटम भी ज़्यादा हुंदा है, तां करके उहनू रुकन नू की लगदा है बहुत ज़्यादा टाइम लगदा है। फोर्स का की फॉर्मूला हुंदा है? फोर्स का फॉर्मूला हुंदा है मास इंटू एक्सलरेशन, मास इंटू एक्सलरेशन। नेक्स्ट क्वेश्चन इज मैगनेटिज्म एट द सेंटर ऑफ बार मैगनेटिज्म, बार मैगनेट दे सेंटर दे उत्ते मैगनेटिज्म की हुंदा? एक बार मैगनेट है, ठीक है, एक हुंदा नॉर्थ पोल, एक हुंदा साउथ पोल, तो जिहड़ा इहदा सेंटर हुंदा है, सेंटर ते मैगनेटिज्म बहुत ही घट या तुसीं कह सकदे हो जीरो हुंदा है। मैक्सिमम कदों हुंदा है? मैक्सिमम कदों हुंदा है? पोल्स दे उत्ते, पोल्स दे उत्ते मैगनेटिज्म ज़्यादा हुंदा है, सेंटर दे उत्ते मैगनेटिज्म की हुंदा है? जीरो हुंदा है। नेक्स्ट क्वेश्चन इज विच ऑफ द फॉलोइंग इज नॉट अ मॉस्किटो बॉर्न डिसीज, इहनां दे विचों केड़ी डिसीज़ है जिहड़ी मॉस्किटो बॉर्न नहीं है? चलो ऑप्शन चैक करते हैं फिर। आपां पहली ऑप्शन हैगी डेंगू फीवर। देखो जिहड़ा डेंगू आ वह तो थोड़ा पता ही है मच्छर नाल हुंदा है, एडिस नाम के मच्छर नाल हुंदा है, जो एडिस नाम का मच्छर कटदा तो वह डेंगू हुंदा है। मलेरिया तो फिलैरियसिस एक किहदे नाल हुंदा है? एनोफिलिस, एनोफिलिस नाम के मच्छर नाल हुंदा है। तो मतलब तीन ऑप्शन साड़ियाँ एलीमिनेट हो गई, एक ही ऑप्शन बच गई स्लीपिंग सिकनेस। स्लीपिंग सिकनेस ही साडा करैक्ट आंसर है, क्योंकि यह मच्छर के नाल नहीं हुंदा, यह फ्लाई दे नाल हुंदा है। ये स्पैलिंग हुंदे ने फ्लाई के, स्पैलिंग हुंदे ने टेस्टी बोलते हैं, टेस्टी नाम की जिहड़ी फ्लाई हुंदी है उहदे नाल हुंदी है स्लीपिंग सिकनेस। नैक्सट क्वेश्चन वल वधदे हां, पोलीनेशन की हुंदा है? पोलीनेशन का देखो मतलब की हुंदा है, इट इज़ एक रीप्रोडक्शन की प्रोसैस है, तो रीप्रोडक्शन की प्रोसैस कि अंदर होंगी है? ये रीप्रोडक्शन की जिहड़ी प्रोसैस है यह होंगी है फ्लावर्स के अंदर। फ्लावर्स के अंदर की हुंदा है? देखो जिहड़े फ्लावर्स हुंदे ने उहदे विच की हुंदा है, फ्लावर्स के अंदर दो पार्ट होंगे ने, एक मेल रिप्रोडक्टिव पार्ट, एक फीमेल रिप्रोडक्टिव पार्ट। मेल रिप्रोडक्टिव पार्ट एवें दा हुंदा है, जिहड़ा थले वाला पार्ट हुंदा है इहनू बोलदे हैं फिलामेंट, और जिहड़ा उपर वाला पार्ट हुंदा उहनू बोलदे हैं असीं एंथर। ठीक है, नीचे वाले पार्ट नू फिलामेंट, उपर वाले नू एंथर। तो जिहड़ा एंथर हुंदा ना उहदे विच छोटे छोटे दाने हुंदे ने, जिन्हों असी की बोलते हैं? जिन्हों असी बोलते हैं पोलन ग्रेन्स। की बोलते हैं? पोलन ग्रेन्स। पोलन ग्रेन्स की होंगे ने? पोलन ग्रेन्स जोड़े होंगे ने वो एक तरह के सैल्स होंगे ने, ठीक है, मेल सैक्स सैल तुसी कह सकते हो, प्लांट के, प्लांट के जोड़े मेल सैक्स सैल्स होंगे ने उन्होंने असी पोलन ग्रेन्स कहने। हूँ की होंगे जी फीमेल रिप्रोडक्टिव होंगी है, फीमेल रिप्रोडक्टिव जोड़ा ऑर्गन होंगे इस तरीके का होंगे, जोड़ा यदा उपर वाला पार्ट होंगे इनू बोलते हैं स्टिगमा, STIGMA, जिहड़ा इहदा उपर वाला पार्ट हुंदा उहनू स्टिगमा बोलते हैं। तो इत्थे हुंदा ओव्यूल, जिहदे अंदर बनदा एग, जिहनू असी ओवा कहने हैं। देखो तुहानू सब नू पता है कि फर्टिलाइजेशन कदों हुंदी है? फर्टिलाइजेशन उदों हुंदी है जदों मेल सैक्स सैल ते फीमेल सैक्स सैल आपस च मिलदे ने। तो इहदे विच की हुंदा? देखो जिहड़े पोलन ग्रेन्स है, जदों पोलन ग्रेन्स जिहड़े हैगे आ उह जाके ओवा नू मिलणगे तां ही फर्टिलाइजेशन होगी, तां ही जाइगोट बणूगा। तो जदों पोलन ग्रेन्स इत्थों एंथर तो इस स्टिगमा ते जाके गिरते हैं, एंथर तो
ਸਟਿਗਮਾ 'ਤੇ ਜਾਂਦੇ ਨੇ। ਇਹਨੂੰ ਅਸੀਂ ਬੋਲਦੇ ਹਾਂ ਪੋਲੀਨੇਸ਼ਨ। ਸੋ ਪੋਲੀਨੇਸ਼ਨ ਦਾ ਮਤਲਬ ਕੀ ਹੁੰਦਾ ਹੈ? ਪੋਲੀਨੇਸ਼ਨ ਦਾ ਮਤਲਬ ਹੁੰਦਾ ਹੈ ਟ੍ਰਾਂਸਫਰ ਆਫ ਪੋਲਨ ਫਰੋਮ ਐਂਥਰ ਟੂ ਸਟਿਗਮਾ। ਟ੍ਰਾਂਸਫਰ ਆਫ ਪੋਲਨ ਫਰੋਮ ਐਂਥਰ ਟੂ ਸਟਿਗਮਾ। ਹੁਣ ਐਂਥਰ ਤੋਂ ਸਟਿਗਮਾ ਦੇ ਵਿੱਚ ਕਿਵੇਂ ਜਾਂਦੇ ਨੇ ਪੋਲਨ ਗ੍ਰੇਨਸ? ਬਟਰਫਲਾਈ ਵੀ ਲੈ ਕੇ ਜਾ ਸਕਦੀ ਹੈ, ਏਅਰ ਦੀ ਹੈਲਪ ਨਾਲ ਵੀ ਜਾ ਸਕਦੇ ਨੇ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਪੋਲੀਨੇਸ਼ਨ ਕੀ ਹੁੰਦਾ। ਨੈਕਸਟ ਕੁਸ਼ਚਨ ਇਜ਼ ਪ੍ਰੋਕੈਰੀਓਟਿਕ ਸੈੱਲ। ਦੇਖੋ ਜਿਹੜੇ ਪ੍ਰੋਕੈਰੀਓਟਿਕ ਸੈੱਲ ਹੁੰਦੇ ਨੇ ਨਾ, ਬਹੁਤ ਹੀ ਸਿੰਪਲ ਕਹਿ ਸਕਦੇ ਹਾਂ ਸੈੱਲ ਦਾ ਬਹੁਤ ਹੀ ਸਿੰਪਲ ਵਰਜ਼ਨ ਹੁੰਦਾ ਇਹ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਤੁਸੀਂ ਲਾ ਲਓ ਜਿਵੇਂ ਨੋਕੀਆ ਦੇ ਸਿੰਪਲ ਫੋਨ ਹੁੰਦੇ ਸੀਗੇ, ਉਵੇਂ ਪ੍ਰੋਕੈਰੀਓਟਿਕ ਸੈੱਲ ਨੇ ਜਿਹੜੇ ਬਹੁਤ ਹੀ ਸਿੰਪਲ ਹੁੰਦੇ ਸੀਗੇ, ਬਹੁਤ ਹੀ ਸਿੰਪਲ ਹੁੰਦੇ ਨੇ। ਇਹਦੇ ਵਿੱਚ ਕੀ ਹੁੰਦਾ, ਜਿਹੜੇ ਇਹਦੇ ਪਾਰਟਸ ਹੁੰਦੇ ਨੇ, ਚਾਹੇ ਉਹ ਨਿਊਕਲੀਅਸ ਆ ਚਾਹੇ ਉਹ ਇਹਦੇ ਔਰਗਨਲਸ ਨੇ, ਉਹਨਾਂ ਦੇ ਆਲੇ ਦੁਆਲੇ ਕੋਈ ਵੀ ਮੈਂਬਰੇਨ ਨਹੀਂ ਹੁੰਦੀ, ਠੀਕ ਹੈ। ਉਹਨਾਂ ਦੀ ਜਿਹੜੀ ਮੈਂਬਰੇਨ ਹੁੰਦੀ ਉਹ ਪੂਅਰਲੀ, ਉਹ ਸੈੱਲ ਜਿਹੜੇ ਹੁੰਦੇ ਨੇ ਪੂਅਰਲੀ ਡਿਫਾਈਨਡ ਹੁੰਦੇ ਨੇ, ਉਹਨਾਂ ਦੇ ਆਲੇ ਦੁਆਲੇ ਕੋਈ ਵੀ ਮੈਂਬਰੇਨ ਨਹੀਂ ਹੁੰਦੀ। ਤਾਂ ਜਿਹੜੇ ਪ੍ਰੋਕੈਰੀਓਟਿਕ ਸੈੱਲ ਹੁੰਦੇ ਨੇ ਉਹਨਾਂ ਵਿੱਚ ਕੋਈ ਵੀ ਨਿਊਕਲੀਅਸ ਨਹੀਂ ਹੁੰਦਾ, ਜਿਹੜੇ ਨਿਊਕਲੀਅਸ ਹੁੰਦਾ ਉਹਦੇ ਆਲੇ ਦੁਆਲੇ ਕੋਈ ਮੈਂਬਰੇਨ ਨਹੀਂ ਹੁੰਦੀ, ਅਤੇ ਜਿਹੜੇ ਔਰਗਨਲਸ ਹੁੰਦੇ ਨੇ ਮੈਂਬਰੇਨ ਬਾਊਂਡ ਔਰਗਨਲਸ ਉਹ ਵੀ ਐਬਸੈਂਟ ਹੁੰਦੇ ਨੇ। ਔਰਗਨਲਸ ਤਾਂ ਹੁੰਦੇ ਨੇ ਪਰ ਉਹਨਾਂ ਦੇ ਆਲੇ ਦੁਆਲੇ ਮੈਂਬਰੇਨ ਨਹੀਂ ਹੁੰਦੀ। ਸੋ ਇਹਦਾ ਆਨਸਰ ਕੀ ਆਊਗਾ? ਆਲ ਆਫ ਦੀਸ। ਨੈਕਸਟ ਕੁਸ਼ਚਨ ਇਜ਼ ਮਾਇਓਪੀਆ ਇਜ਼ ਕਨੈਕਟਡ ਵਿਦ। ਦੇਖੋ ਮਾਇਓਪੀਆ ਕੀ ਹੁੰਦਾ, ਸ਼ੋਰਟ ਸਾਈਡਨੈਸ ਨੂੰ ਅਸੀਂ ਕੀ ਬੋਲਦੇ ਹਾਂ? ਮਾਇਓਪੀਆ। ਮਾਇਓਪੀਆ ਦੇ ਵਿੱਚ ਕੀ ਹੁੰਦਾ, ਮਾਇਓਪੀਆ ਦੇ ਵਿੱਚ ਹੁੰਦਾ ਕਿ ਆਪਾਂ ਨੂੰ ਸ਼ੋਰਟ ਸਾਈਡਨੈਸ ਦਾ ਮਤਲਬ ਕੀ ਹੁੰਦਾ, ਨੇੜੇ ਦਾ ਤਾਂ ਦਿਖਦਾ ਪਰ ਦੂਰ ਦਾ ਨਹੀਂ ਦਿਖਦਾ, ਨੇੜੇ ਦਾ ਵਧੀਆ ਦਿਖਦਾ ਆਪਾਂ ਨੂੰ, ਸਾਫ਼ ਦਿਖਦਾ ਪਰ ਦੂਰ ਦਾ ਸਾਨੂੰ ਨਹੀਂ ਦਿਖਦਾ। ਤਾਂ ਜਿਹੜਾ ਮਾਇਓਪੀਆ ਹੁੰਦਾ, ਮਾਇਓਪੀਆ ਦਾ ਮਤਲਬ ਹੁੰਦਾ ਸ਼ੋਰਟ ਸਾਈਡਨੈਸ। ਕੀ ਹੁੰਦਾ ਇਹਦਾ ਮਤਲਬ? ਇਹਦਾ ਮਤਲਬ ਹੁੰਦਾ ਸ਼ੋਰਟ ਸਾਈਡਨੈਸ। ਸੋ ਤੁਸੀਂ ਸਮਝ ਹੀ ਗਏ ਹੋਵੋਗੇ ਮਾਇਓਪੀਆ ਕਿਹਦੇ ਨਾਲ ਰਿਲੇਟਿਡ ਹੈ, ਇਟ ਇਜ਼ ਰਿਲੇਟਿਡ ਟੂ ਆਈਸ। ਇੱਕ ਹੁੰਦਾ ਆਪਣੇ ਕੋਲ ਹਾਈਪਰ ਮੈਟਰੋਪੀਆ, ਉਹ ਇਸਦਾ ਉਲਟਾ, ਉਸਨੂੰ ਬੋਲਦੇ ਹਾਂ ਫਾਰ ਸਾਈਡਨੈਸ ਮਤਲਬ ਦੂਰ ਦਾ ਦਿਖਦਾ ਉਹਦੇ ਵਿੱਚ, ਉਹਦੇ 'ਚ ਨੇੜੇ ਦਾ ਨਹੀਂ ਦਿਖਦਾ ਹੈਗਾ, ਸੋ ਹੁੰਦਾ ਹਾਈਪਰ ਮੈਟਰੋਪੀਆ। ਨੈਕਸਟ ਕੁਸ਼ਚਨ ਇਜ਼ ਪਲਾਂਟ ਬੈਂਡ ਟੂ ਵਰਡਸ ਲਾਈਟ ਔਨ ਅਕਾਊਂਟ ਆਫ ਮੂਵਮੈਂਟ ਆਫ ਕਰਵੇਚਰ ਨੋਨ ਐਸ। ਆਪਸ਼ਨ ਹੈਗੀ ਹੈ ਕੈਮੋਟ੍ਰੋਪਿਜ਼ਮ, ਥਿਗਮੋਟ੍ਰੋਪਿਜ਼ਮ, ਜੀਓਟ੍ਰੋਪਿਜ਼ਮ, ਫੋਟੋਟ੍ਰੋਪਿਜ਼ਮ। ਦੇਖੋ ਟ੍ਰੋਪਿਜ਼ਮ ਕੀ ਹੁੰਦਾ, ਇਹਦੇ ਵਿੱਚ ਇੱਕ ਆਪਾਂ ਵਰਡ ਯੂਜ਼ ਕਰ ਰਹੇ ਹਾਂ, ਕਿਹੜਾ ਵਰਡ ਯੂਜ਼ ਕਰ ਰਹੇ ਹਾਂ ਇਹਦੇ ਵਿੱਚ? ਅਸੀਂ ਵਰਡ ਯੂਜ਼ ਕਰ ਰਹੇ ਹਾਂ ਟ੍ਰੋਪਿਜ਼ਮ। ਟ੍ਰੋਪਿਜ਼ਮ ਦਾ ਮਤਲਬ ਕੀ ਹੁੰਦਾ? ਮੂਵਮੈਂਟ ਆਫ ਪਲਾਂਟ ਪਾਰਟ, ਕਿ ਜਦੋਂ ਜਿਹੜਾ ਪਲਾਂਟ ਦਾ ਜਿਹੜਾ ਕੋਈ ਵੀ ਪਾਰਟ ਹੈ ਉਹ ਮੂਵ ਕਰਦਾ ਡਿਊ ਟੂ ਸਟਿਮੂਲੀ ਦਾ ਮਤਲਬ, ਸਟਿਮੂਲੀ ਕਿਹੋ ਜਿਹੀ ਹੋ ਸਕਦੀ ਹੈ? ਡਿਊ ਟੂ ਲਾਈਟ, ਡਿਊ ਟੂ ਗ੍ਰੈਵੀਟੇਸ਼ਨ, ਡਿਊ ਟੂ ਟੱਚ, ਡਿਊ ਟੂ ਕੈਮੀਕਲ ਜਾਂ ਡਿਊ ਟੂ ਵਾਟਰ। ਮਤਲਬ ਇਹਨਾਂ ਪੰਜਾਂ 'ਚੋਂ ਕਿਸੇ ਦੇ ਵੀ ਰਿਸਪੋਂਸ 'ਚ ਜਦੋਂ ਪਲਾਂਟ ਦਾ ਕੋਈ ਵੀ ਪਾਰਟ ਮੁੜਦਾ, ਬੈਂਡ ਹੁੰਦਾ, ਤਾਂ ਉਹਨੂੰ ਅਸੀਂ ਟ੍ਰੋਪਿਜ਼ਮ ਬੋਲਦੇ ਹਾਂ। ਅਤੇ ਟ੍ਰੋਪਿਜ਼ਮ 5 ਤਰ੍ਹਾਂ ਦੀ ਹੁੰਦੀ ਹੈ, ਹਾਈਡਰੋਟ੍ਰੋਪਿਜ਼ਮ ਜੋ ਕਿ ਵਾਟਰ ਨਾਲ ਰਿਲੇਟਿਡ ਹੈ, ਥਿਗਮੋਟ੍ਰੋਪਿਜ਼ਮ ਜੋ ਕਿ ਟੱਚ ਨਾਲ ਰਿਲੇਟਿਡ ਹੈ, ਕੈਮੋਟ੍ਰੋਪਿਜ਼ਮ ਕੈਮੀਕਲ ਨਾਲ ਰਿਲੇਟਿਡ ਹੈ, ਜੀਓਟ੍ਰੋਪਿਜ਼ਮ ਗ੍ਰੈਵਿਟੀ ਨਾਲ ਰਿਲੇਟਿਡ ਹੈ, ਫੋਟੋਟ੍ਰੋਪਿਜ਼ਮ ਲਾਈਟ ਨਾਲ ਰਿਲੇਟਿਡ ਹੈ। ਸੋ ਇਹਦੇ ਵਿੱਚ ਉਹ ਕਿਹਦੀ ਗੱਲ ਕਰ ਰਿਹਾ? ਲਾਈਟ ਦੀ ਗੱਲ ਕਰ ਰਿਹਾ ਕਿ ਜਦੋਂ ਪਲਾਂਟ ਟੂ ਵਰਡਸ ਲਾਈਟ ਬੈਂਡ ਹੁੰਦਾ, ਤਾਂ ਇਸਦਾ ਮਤਲਬ ਅਸੀਂ ਕਿਹਦੀ ਗੱਲ ਕਰ ਰਹੇ ਹਾਂ? ਵੀ ਆਰ ਟਾਕਿੰਗ ਅਬਾਊਟ ਫੋਟੋਟ੍ਰੋਪਿਜ਼ਮ, ਅਸੀਂ ਫੋਟੋਟ੍ਰੋਪਿਜ਼ਮ ਦੀ ਗੱਲ ਕਰ ਰਹੇ ਹਾਂ। ਨੈਕਸਟ ਕੁਸ਼ਚਨ ਇਜ਼ ਪਲਾਂਟਸ ਹੈਵ ਡੈਸ਼ ਵਾਈਲ ਐਨੀਮਲ ਲੈਕ ਇਟ। ਦੇਖੋ ਪਲਾਂਟ ਵਿੱਚ ਕੀ ਹੁੰਦਾ ਜਿਹੜਾ ਕਿ ਐਨੀਮਲ 'ਚ ਨਹੀਂ ਹੁੰਦਾ? ਸਟਾਰਚ ਤਾਂ ਐਨੀਮਲ 'ਚ ਵੀ ਹੁੰਦੀ ਆ, ਠੀਕ ਹੈ, ਪਲਾਂਟਸ 'ਚ ਵੀ ਹੁੰਦੀ ਆ। ਪ੍ਰੋਟੀਨ ਵੀ ਐਨੀਮਲਸ ਕੋਲ ਵੀ ਹੁੰਦੇ ਨੇ, ਪਲਾਂਟਸ ਕੋਲ ਵੀ ਹੁੰਦੇ ਨੇ। ਫੈਟ ਵੀ ਪਲਾਂਟਸ 'ਚ ਵੀ ਹੁੰਦੀ ਆ, ਐਨੀਮਲਸ 'ਚ ਵੀ ਹੁੰਦੀ ਆ। ਤਾਂ ਇੱਕੋ ਚੀਜ਼ ਹੈ ਜਿਹੜੀ ਪਲਾਂਟ ਕੋਲ ਹੁੰਦੀ ਆ ਪਰ ਐਨੀਮਲ ਕੋਲ ਨਹੀਂ ਹੁੰਦੀ, ਉਹ ਹੁੰਦੀ ਹੈ ਸੈਲੂਲੋਸ। ਸੈਲੂਲੋਸ ਜਿਹੜੇ ਹੁੰਦੀ ਆ ਉਹ ਕੰਪਲੈਕਸ ਸ਼ੂਗਰ ਹੁੰਦੀ ਹੈ ਇੱਕ ਤਰ੍ਹਾਂ ਦੀ। ਈਵਨ ਕਿ ਜਿਹੜੇ ਪਲਾਂਟ ਸੈੱਲ ਹੁੰਦੇ ਨੇ ਉਹਨਾਂ ਦੀ ਜਿਹੜੀ ਸੈੱਲ ਵਾਲ ਹੁੰਦੀ ਆ, ਸੈੱਲ ਵਾਲ ਕਾਹਦੀ ਬਣੀ ਹੁੰਦੀ ਆ? ਸੈਲੂਲੋਸ ਦੀ ਬਣੀ ਹੁੰਦੀ ਆ। ਜਦਕਿ ਐਨੀਮਲ ਸੈੱਲ ਜਿਹੜੇ ਹੁੰਦੇ ਉਹਨਾਂ 'ਚ ਤਾਂ ਸੈੱਲ ਵਾਲ ਹੀ ਨਹੀਂ ਹੁੰਦੀ, ਤਾਂ ਸੈਲੂਲੋਸ ਵੀ ਨਹੀਂ ਹੁੰਦਾ। ਨੈਕਸਟ ਕੁਸ਼ਚਨ ਇਜ਼ ਔਨ ਵਿਚ ਆਫ ਦਾ ਫੋਲੋਇੰਗ ਪਲਾਂਟ ਡਿਡ ਜਾਰਜ ਮੈਂਡਲ ਪਰਫੋਰਮ ਹਿਸ ਕਲਾਸੀਕਲ ਐਕਸਪੈਰੀਮੈਂਟ। ਦੇਖੋ ਜਿਹੜਾ ਜਾਰਜ ਮੈਂਡਲ ਹੈ ਕੌਣ ਹੈ? ਇਹ ਹੈਗਾ ਫਾਦਰ ਆਫ ਜੈਨੇਟਿਕਸ। ਜੈਨੇਟਿਕਸ ਦਾ ਜਿਹੜਾ ਫਾਦਰ ਹੈ ਉਹਨੂੰ ਅਸੀਂ ਕੀ ਬੋਲਦੇ ਹਾਂ? ਉਹਨੂੰ ਅਸੀਂ ਬੋਲਦੇ ਹਾਂ ਜਾਰਜ ਮੈਂਡਲ। ਅਤੇ ਜਿਹੜਾ ਜਾਰਜ ਮੈਂਡਲ ਹੈ ਇਹਨੇ ਜੈਨੇਟਿਕਸ ਦੇ ਲਈ ਬਹੁਤ ਸਾਰੇ ਐਕਸਪੈਰੀਮੈਂਟ ਕੀਤੇ ਕਿ ਕਿਵੇਂ ਇਨਹੈਰੀਟੈਂਸ ਹੁੰਦੀ ਆ, ਕਿਵੇਂ ਜਿਹੜੇ ਕਰੈਕਟਰਸ ਹੈ
ਉਹ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਇਹਨੇ ਪਲਾਂਟਸ ਦੇ ਉੱਤੇ ਐਕਸਪੈਰੀਮੈਂਟ ਕੀਤਾ ਸੀਗਾ। ਕਿਹੜੇ ਪਲਾਂਟਸ ਦੇ ਉੱਤੇ ਕੀਤਾ ਸੀਗਾ? ਪੀ ਪਲਾਂਟਸ ਦੇ ਉੱਤੇ। ਤਾਂ ਇਹ ਕੀ ਹੈ ਆਪਣਾ ਕਰੈਕਟ ਆਨਸਰ ਹੈ ਇਸਦਾ। ਨੈਕਸਟ ਕੁਸ਼ਚਨ ਇਜ਼, ਆਕਸੀਜਨ ਇਜ਼ ਇਨ ਆਰ ਬਲੱਡ ਇਜ਼ ਟਰਾਂਸਪੋਰਟਡ ਬਾਈ ਅ ਪਿਗਮੈਂਟ ਨੇਮਡ ਡੈਸ਼। ਆਕਸੀਜਨ ਕਿਵੇਂ ਟਰਾਂਸਪੋਰਟ ਹੁੰਦੀ ਹੈ? ਦੇਖੋ, ਜਿਹੜੇ ਆਕਸੀਜਨ ਹੈ ਉਹਨੂੰ ਕੌਣ ਟਰਾਂਸਪੋਰਟ ਕਰਦਾ ਹੈ? ਹੀਮੋਗਲੋਬਿਨ। ਹੀਮੋਗਲੋਬਿਨ ਸਾਡੇ ਜਿਹੜੇ ਬਲੱਡ ਹੈ ਉਹਦੇ ਵਿੱਚ ਪਾਇਆ ਜਾਂਦਾ ਹੈ, ਇਸਦੇ ਕਰਕੇ ਹੀ ਸਾਡੇ ਖੂਨ ਦਾ ਰੰਗ ਜਿਹੜਾ ਹੁੰਦਾ ਉਹ ਲਾਲ ਹੁੰਦਾ, ਕਿਉਂਕਿ ਉਹ ਹੀਮੋਗਲੋਬਿਨ ਹੁੰਦਾ। ਹੀਮੋਗਲੋਬਿਨ ਕੀ ਕਰਦਾ? ਆਕਸੀਜਨ ਨੂੰ ਟਰਾਂਸਪੋਰਟ ਕਰਦਾ। ਅਤੇ ਜੇ ਸਾਡੀ ਬੋਡੀ ਦੇ ਵਿੱਚ ਹੀਮੋਗਲੋਬਿਨ ਘੱਟ ਜਾਵੇ ਤਾਂ ਅਸੀਂ ਕੀ ਕਰਦੇ ਹਾਂ? ਬਹੁਤ ਜਲਦੀ ਥੱਕ ਜਾਂਦੇ ਹਾਂ, ਠੀਕ ਹੈ, ਜਾਂ ਫਿਰ ਅਸੀਂ ਸਾਨੂੰ ਸਾਹ ਚੜ੍ਹਦਾ। ਕਿਉਂ ਹੁੰਦਾ ਐਵੇਂ? ਕਿਉਂਕਿ ਹੀਮੋਗਲੋਬਿਨ ਨੇ ਆਕਸੀਜਨ ਟਰਾਂਸਪੋਰਟ ਕਰਨੀ ਹੈ। ਜਦੋਂ ਸਾਨੂੰ ਆਕਸੀਜਨ ਹੀ ਨਹੀਂ ਮਿਲੂਗੀ ਤਾਂ ਕੀ ਹੋਊਗਾ? ਅਸੀਂ ਪ੍ਰੋਪਰ ਤਰੀਕੇ ਨਾਲ ਸਾਹ ਨਹੀਂ ਲੈ ਪਾਉਂਗੇ, ਸਾਨੂੰ ਬਹੁਤ ਜਲਦੀ ਸਾਹ ਚੜ੍ਹ ਜੂਗਾ, ਜਾਂ ਫਿਰ ਅਸੀਂ ਬਹੁਤ ਜਲਦੀ ਥੱਕ ਜਾਵਾਂਗੇ। ਸੋ ਹੀਮੋਗਲੋਬਿਨ ਜਿਹੜਾ ਹੈ ਬਹੁਤ ਇੰਪੋਰਟੈਂਟ ਪਾਰਟ ਹੈ ਸਾਡੀ ਬਾਡੀ ਦਾ। ਨੈਕਸਟ ਇਜ਼, ਫੰਗੀ ਆਰ ਪਲਾਂਟਸ ਦੈਟ ਲੈਕ ਡੈਸ਼। ਫੰਗੀ ਕਿਹੜੇ ਪਲਾਂਟਸ ਨੇ? ਫੰਗੀ ਦੇ ਵਿੱਚ ਕੀ ਨਹੀਂ ਹੁੰਦਾ? ਤਾਂ ਦੇਖੋ, ਜਿੰਨੇ ਵੀ ਪਲਾਂਟਸ ਹੈ ਉਹਨਾਂ 'ਚ ਕੀ ਹੁੰਦਾ? ਕਲੋਰੋਫਿਲ ਹੁੰਦਾ। ਬਟ ਫੰਗੀ ਇੱਕ ਇਹੋ ਜਿਹਾ ਪਲਾਂਟ ਹੈ ਜਿਹਦੇ ਵਿੱਚ ਕਲੋਰੋਫਿਲ ਨਹੀਂ ਹੁੰਦਾ। ਫੰਗੀ ਇੱਕ ਇਹੋ ਜਿਹਾ ਪਲਾਂਟ ਹੈ ਜਿਹਦੇ ਵਿੱਚ ਕਲੋਰੋਫਿਲ ਨਹੀਂ ਹੁੰਦਾ। ਨੈਕਸਟ ਕੁਸ਼ਚਨ ਇਜ਼, ਇਨ ਹਿਊਮਨ ਬੋਡੀ ਦਾ ਬਲੱਡ ਐਂਟਰ ਦੀ ਓਟਾ ਆਫ ਦੀ ਸਰਕੂਲੇਟਰੀ ਸਿਸਟਮ ਫਰੋਮ ਡੈਸ਼। ਦੇਖੋ, ਜਿਹੜੀ ਓਟਾ ਹੁੰਦੀ ਹੈ ਨਾ, ਇਹ ਸਾਡੇ ਸਰੀਰ ਦੀ ਸਭ ਤੋਂ ਵੱਡੀ ਵੈਸਲ ਹੁੰਦੀ ਹੈ। ਸਾਡੇ ਸਰੀਰ ਦੀ ਸਭ ਤੋਂ ਲਾਰਜੈਸਟ ਵੈਸਲ ਅਸੀਂ ਓਟਾ ਨੂੰ ਬੋਲਦੇ ਹਾਂ। ਦੇਖੋ ਕੀ ਹੁੰਦਾ ਹੈ, ਜਿਵੇਂ ਸਾਡਾ ਇੱਕ ਹਾਰਟ ਹੈ, ਠੀਕ ਹੈ, ਆ ਹਾਰਟ ਦੇ ਵਿੱਚ ਇੱਕ ਦੀਵਾਰ ਹੁੰਦੀ ਹੈ ਜਿਹਨੂੰ ਅਸੀਂ ਕੀ ਬੋਲਦੇ ਹਾਂ? ਸੈਪਟਮ। ਸੈਪਟਮ, SPTUM, ਠੀਕ ਹੈ, SPTUM। ਅਤੇ ਜਿਹੜਾ ਸਾਡਾ ਹਾਰਟ ਹੁੰਦਾ ਉਹਦੇ ਵਿੱਚ ਕੀ ਹੁੰਦੇ ਨੇ? ਚਾਰ ਚੈਂਬਰ ਹੁੰਦੇ ਨੇ, ਠੀਕ ਹੈ। ਜਿਹੜੇ ਉੱਪਰ ਵਾਲੇ ਦੋ ਚੈਂਬਰ ਹੈ ਉਹਨੂੰ ਅਸੀਂ ਆਟਰੀਅਮ ਬੋਲਦੇ ਹਾਂ, ਆ ਰਾਈਟ ਆਟਰੀਅਮ, ਲੈਫਟ ਆਟਰੀਅਮ, ਠੀਕ ਹੈ, ਰਾਈਟ ਵੈਂਟਰੀਕਲ, ਲੈਫਟ ਵੈਂਟਰੀਕਲ, ਰਾਈਟ ਆਟਰੀਅਮ, ਲੈਫਟ ਆਟਰੀਅਮ, ਠੀਕ ਹੈ, ਰਾਈਟ ਵੈਂਟਰੀਕਲ, ਲੈਫਟ ਵੈਂਟਰੀਕਲ। ਹੁਣ ਦੇਖੋ, ਜਿਹੜਾ ਲੈਫਟ ਸਾਈਡ ਹੁੰਦਾ, ਇਹ ਵਾਲਾ ਲੈਫਟ ਸਾਈਡ ਹੈ, ਲੈਫਟ ਸਾਈਡ 'ਤੇ ਕੀ ਹੁੰਦਾ? ਹਮੇਸ਼ਾ ਸਾਫ਼ ਖੂਨ ਹੁੰਦਾ। ਔਰ ਰਾਈਟ ਸਾਈਡ 'ਤੇ ਕੀ ਹੁੰਦਾ? ਗੰਦਾ ਖੂਨ। ਜਾਂ ਆਪਾਂ ਕਹਿ ਸਕਦੇ ਹਾਂ ਲੈਫਟ ਸਾਈਡ 'ਤੇ ਆਕਸੀਜਨੇਟਡ ਬਲੱਡ ਹੁੰਦਾ ਅਤੇ ਰਾਈਟ ਸਾਈਡ 'ਤੇ ਕੀ ਹੁੰਦਾ? ਡੀ ਆਕਸੀਜਨੇਟਡ ਬਲੱਡ ਹੁੰਦਾ। ਹੁਣ ਦੇਖੋ, ਜਿਹੜਾ ਬਲੱਡ ਹੈ, ਬਲੱਡ ਜਿਹੜਾ ਹੈਗਾ, ਲੰਗਸ ਕੀ ਕਰਦੇ ਨੇ? ਬਲੱਡ ਨੂੰ ਸਾਫ਼ ਕਰਕੇ ਕਿਹਦੇ ਕੋਲ ਭੇਜਦੇ ਨੇ? ਆਪਣੇ ਲੈਫਟ ਆਟਰੀਅਮ ਕੋਲ ਭੇਜਦੇ ਨੇ, ਠੀਕ ਹੈ, ਲੈਫਟ ਆਟਰੀਅਮ ਕੋਲ ਭੇਜਦੇ ਨੇ ਲੰਗਸ ਸਾਡੇ ਬਲੱਡ ਨੂੰ ਸਾਫ਼ ਕਰਕੇ। ਫਿਰ ਲੈਫਟ ਆਟਰੀਅਮ ਤੋਂ ਕਿੱਥੇ ਜਾਂਦਾ? ਉਹ ਜਾਂਦਾ ਲੈਫਟ ਵੈਂਟਰੀਕਲ ਕੋਲ। ਕਿੱਥੇ ਜਾਂਦਾ? ਲੈਫਟ ਵੈਂਟਰੀਕਲ ਕੋਲ। ਅਤੇ ਉਰੇ ਇੱਕ ਹੁੰਦੀ ਹੈ ਆਪਣੇ ਕੋਲ ਵੈਸਲ, ਇੱਥੋਂ ਇੱਕ ਸਟਾਰਟ ਹੁੰਦੀ ਹੈ ਵੈਸਲ, ਜਿਹਨੂੰ ਅਸੀਂ ਬੋਲਦੇ ਹਾਂ ਓਟਾ। ਕੀ ਬੋਲਦੇ ਹਾਂ? ਓਟਾ। ਫਿਰ ਕੀ ਕਰਦਾ ਜਿਹੜਾ ਲੈਫਟ ਵੈਂਟਰੀਕਲ ਹੁੰਦਾ ਜੋ ਕਿ ਉਰੇ ਹੁੰਦਾ, ਉਹ ਕੀ ਕਰਦਾ? ਜਿਹੜਾ ਖੂਨ ਸਾਫ਼ ਹੋ ਕੇ ਉਹਦੇ ਕੋਲ ਆਉਂਦਾ ਉਹਨੂੰ ਓਟਾ ਦੇ ਥਰੂ ਕਿੱਥੇ ਭੇਜਦਾ? ਪੂਰੀ ਬੋਡੀ ਦੇ ਵਿੱਚ ਭੇਜਦਾ। ਕਿੱਥੇ ਭੇਜਦਾ? ਪੂਰੀ ਬੋਡੀ ਦੇ ਵਿੱਚ ਭੇਜਦਾ। ਸੋ ਹਿਊਮਨ ਬੋਡੀ ਦੇ ਵਿੱਚ ਜਿਹੜਾ ਬਲੱਡ ਹੈ ਐਂਟਰ ਦੀ ਓਟਾ, ਓਟਾ ਦੇ ਵਿੱਚ ਜਿਹੜਾ ਬਲੱਡ ਐਂਟਰ ਹੋਇਆ ਥੱਲੇ ਤੋਂ ਹੋਇਆ, ਮਤਲਬ ਲੈਫਟ ਵੈਂਟਰੀਕਲ ਤੋਂ ਹੋਇਆ। ਕਿੱਥੋਂ ਹੋਇਆ? ਲੈਫਟ ਵੈਂਟਰੀਕਲ ਤੋਂ। ਨੈਕਸਟ ਕੁਸ਼ਚਨ ਇਜ਼, ਵਿਚ ਮੈਟਲ ਇਜ਼ ਕਾਮਨਲੀ ਯੂਜ ਫੋਰ ਮੇਕਿੰਗ ਐਨ ਇਲੈਕਟਰੋ ਮੈਗਨੇਟ। ਦੇਖੋ, ਇਲੈਕਟਰੋ ਮੈਗਨੇਟ ਕੀ ਹੁੰਦਾ? ਇਲੈਕਟਰੋ ਮੈਗਨੇਟ ਇੱਕ ਤਰ੍ਹਾਂ ਦਾ ਟੈਂਪਰੇਰੀ ਮੈਗਨੇਟ ਹੁੰਦਾ। ਇਹ ਇੱਕ ਤਰ੍ਹਾਂ ਦਾ ਟੈਂਪਰੇਰੀ ਮੈਗਨੇਟ ਹੁੰਦਾ, ਇਹ ਹੁੰਦਾ ਤਾਂ ਬਹੁਤ ਸਟਰੋਂਗ ਹੈ ਪਰ ਇਹ ਟੈਂਪਰੇਰੀ ਹੁੰਦਾ। ਮੀਨਸ ਜਿੰਨੀ ਦੇਰ ਅਸੀਂ ਕਰੰਟ ਪਾਸ ਕਰਾਂਗੇ ਉਨੀ ਦੇਰ ਇਹ ਮੈਗਨੇਟਿਜ਼ਮ ਸ਼ੋਅ ਕਰੂਗਾ, ਜਿਵੇਂ ਅਸੀਂ ਕਰੰਟ ਦੇਣਾ ਬੰਦ ਕਰਤਾ ਮੈਗਨੇਟਿਜ਼ਮ ਵੀ ਕੀ ਹੋ ਜੂਗਾ? ਬੰਦ ਹੋ ਜੂਗਾ। ਅਤੇ ਇਲੈਕਟਰੋ ਮੈਗਨੇਟ ਦੇ ਵਿੱਚ ਅਸੀਂ ਕਿਹੜੀ ਮੈਟਲ ਯੂਜ਼ ਕਰਦੇ ਹਾਂ? ਤਾਂ ਇਲੈਕਟਰੋ ਮੈਗਨੇਟ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਆਇਰਨ, ਸੋਫਟ ਆਇਰਨ ਯੂਜ਼ ਕਰਦੇ ਹਾਂ ਅਸੀਂ, ਸੋਫਟ ਆਇਰਨ ਯਾਦ ਰੱਖਣਾ, ਸੋਫਟ ਆਇਰਨ ਅਸੀਂ ਯੂਜ਼ ਕਰਦੇ ਹਾਂ। ਨੈਕਸਟ ਕੁਸ਼ਚਨ ਇਜ਼, ਵਿਚ ਸਿੰਥੈਟਿਕ ਫਾਈਬਰ ਇਜ਼ ਨੋਨ ਐਜ਼ ਆਰਟੀਫਿਸ਼ੀਅਲ ਸਿਲਕ। ਆਰਟੀਫਿਸ਼ੀਅਲ ਸਿਲਕ ਦਾ ਮਤਲਬ ਹੁੰਦਾ ਮੈਨ ਮੇਡ ਸਿਲਕ, ਜਿਹੜਾ ਹਿਊਮਨ ਦੁਆਰਾ ਬਣਾਇਆ ਗਿਆ ਸਿਲਕ ਹੈ। ਸੋ ਆਪਾਂ ਕਿਹਨੂੰ ਕਹਿੰਦੇ ਹਾਂ ਆਰਟੀਫਿਸ਼ੀਅਲ ਸਿਲਕ? ਰਿਓਨ ਨੂੰ। ਰਿਓਨ ਨੂੰ ਅਸੀਂ ਕੀ ਕਹਿੰਦੇ ਹਾਂ? ਰਿਓਨ ਨੂੰ ਅਸੀਂ ਕਹਿੰਦੇ ਹਾਂ ਆਰਟੀਫਿਸ਼ੀਅਲ ਸਿਲਕ। ਸੋ ਇਹਦਾ ਕਰੈਕਟ ਜਿਹੜਾ ਆਨਸਰ ਹੈ ਉਹ ਕੀ ਹੈ? ਰਿਓਨ। ਨੈਕਸਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ, ਵਟ ਇਜ਼ ਦਾ ਵੈਲਿਊ ਆਫ ਐਂਗਲ ਆਫ ਰਿਫਲੈਕਸ਼ਨ ਵੈਨ ਲਾਈਟ ਸਟ੍ਰਾਈਕ ਔਨ ਦਾ ਸਰਫੇਸ ਨੋਰਮਲੀ। ਦੇਖੋ, ਤੁਸੀਂ ਦੇਖਿਆ ਹੋਣਾ, ਸਪੋਜ਼ ਆਪਣੇ ਕੋਲ ਇੱਕ ਮੀਰਰ ਹੈ, ਠੀਕ ਹੈ, ਮੀਰਰ ਦੇ ਵਿੱਚ ਇਹ ਇੱਕ ਲਾਈਨ ਹੈ ਜਿਹਨੂੰ ਜਿਹੜੀ ਕਿ ਬਿਲਕੁਲ 90 ਡਿਗਰੀ ਦੇ ਐਂਗਲ 'ਤੇ ਬਣਦੀ ਹੈ,
जिन्हों असी नॉर्मल बोलते हैं। की बोलते हैं? नॉर्मल। तो जिवें उरे कोई लाइट आई है, है ना, लाइट आई है, लाइट की कोई रे आई है, जिहड़ी रे है नू इंसीडेंट रे बोलते हैं। फिर वो शीशे नाल टकराई, टकरा के वो वापस मुड़ गई। तो देखो उरे एक एंगल बन रहा, इहनू बोलते हैं आई, एंगल ऑफ इंसीडेंस। इधर भी एक एंगल बन रहा जिहनू बोलते हैं आर, एंगल ऑफ रिफलैक्शन। तो जिहड़ा आई ते आर हुंदा, मतलब एंगल ऑफ इंसीडेंस ते एंगल ऑफ रिफलैक्शन, वह हमेशा बराबर हुंदा, याद रखना है। एंगल मतलब जिन्ने जिहड़े एंगल नाल लाइट स्ट्राइक करूगी उन्ने दे नाल ही की होगी, वह रिफलैक्ट होगी। सो एंगल ऑफ इंसीडेंस ते एंगल ऑफ रिफलैक्शन की हुंदा, हमेशा बराबर हुंदा। हुण की कह रहे ने हुण कि जदों लाइट नॉर्मली पऊगी, नॉर्मली का मतलब कि ना लाइट इधरों पैनी है ना लाइट इधरों पैनी है, लाइट जिहड़ी हैगी है जिवें मिरर है तो वह नॉर्मली मतलब इदा ही पैनी है सीधी नॉर्मल दे उत्ते। तो अगर वह सीधी पऊगी तो इदा ही वापस आ जूगी। इट मीनस नॉर्मल दे नाल तां कोई भी एंगल नहीं बनया, ना एंगल ऑफ इंसीडेंस बनया ना एंगल ऑफ रिफलैक्शन बनया। इट मीनस एंगल की होगा साढ़े को जीरो डिग्री होगा, क्योंकि नॉर्मल दे नाल ही जा रही है ना लाइट, कोई एंगल तो बन नहीं रहा, तो नॉर्मल दे नाल ही वो वापस आ जूगी। तो एंगल की होगा इस केस साडा जीरो डिग्री। विच वन ऑफ द फॉलिंग इज अ मेजर कॉन्स्टिटुएंट ऑफ बायोगैस? बायोगैस के विच की होंगे मेजर कॉन्स्टिटुएंट की होंगे? देखो बायोगैस जी है जोड़े पिंड लोग रेंदे उन्होंने पता होगा, मेनली जोड़े विलेज होंगे ने उद्देश बायोगैस बनाई जाती है। वो कि बायोगैस किमें बनती है? जोड़े अपन गलिया सड़िया सब्जियां छिलके होंगे या गोबर जिन्हों असी काउडंग कहने हैं, वो हैल्प न बनाई जाती है। तो जोड़ी बायोगैस है इनू कुकिंग के परपज लिए भी यूज़ किया जाता है। तो इस सब तो ज़्यादा मात्रा के पाया जाता है, तो इस सब तो ज़्यादा मात्रा पाई जाती है मीथेन गैस। मीथेन गैस का फॉर्मूला होंगे CH4, CH4 मीथेन का फॉर्मूला होंगे। नैक्सट क्वेश्चन इज एटम कैन नैदर बी क्रिएटिड नॉर बी डिस्ट्रॉयड, दिस प्रिंसीपल वॉज गिवन बाय। देखो की किया सीगा, एक किया से डाल्टन ने, डाल्टन ने की किया सीगा भी जोड़ा एटम है ना आप डिस्ट्रॉय कर सकते हैं ना आप क्रिएट कर सकते हैं। जोड़ा एटम है ना वह डिस्ट्रॉय होंगे ना वह क्रिएट होंगे। तो यह जोड़ा किया कि डाल्टन ने किया। सो गाइस थोनू ये वीडियो किवें लगी प्लीज़ लाइक करके जरूर दस्यो, कमेंट करके जरूर दस्यो, शेयर कर दियो वीडियो नू प्लीज़। अगर थोनू वीडियो दे विच किसी क्वेश्चन कोई डाउट है वह भी सानू जरूर दस्यो। थैंक यू गाइस, थैंक यू वेरी मच।